सरकार दे मोदी सरकार दे जेडे तीन ऑर्डिनेंस लेके आए ने किसानां दे आड़तियां दे ते मजदूरां दे खिलाफ ओदा सख्त शब्दां विच उहनां दी निंदिया करदी। अज सानूं कोई किसी मुल्क तों जां अमेरिका तों कितों नाल बनाउण दी जरूरत नहीं है। इस लई इह गल नहीं भुलणी चाहीदी अज उह पंजाब दे किसान दे गल च गुठा देण लगे होए आ। अपने सारिया प्रोड्यूसिंग स्टेटा के एम पी तो दस्तखत मुहिम करा के साइन भी करवा और पार्लीमेंट में पोज भी कर स्पीकर भी लिख के देन प्राइम मिनिस्टर लिख के देन ताकि फौरी तौर पर वापस किया जाए। केंद्र सरकार वालों जारी किए गए खेती आर्डीनेंसा लैके सूबे च भुचाल आ गया। जिथे इन आर्डीनेंसा लैके किसानों का गुस्सा सत्तवें आसमान पर है उत्थे ही सूबे की सियासत भी पूरी तरह गरमा चुकी है और सियासतदानों वालों भी इन आर्डीनेंसा का विरोध किया जा रहा है। हुण कांग्रसी आगू रजिंदर कौर भट्टल ने भी इन आर्डीनेंसा का जम के विरोध किया। उन्होंने कहा कि इन आर्डीनेंसा खत्म करवाने लई होर सूबों के संसद मैंबर भी एकजुट होना चाहिए ताकि इन किसान मारू आर्डीनेंसा केंद्र सरकार वापस ले सके। मैं भारत सरकार दे मोदी सरकार दे जिहड़े तीन ऑर्डिनेंस लैके आए ने किसानां दे आड़तियां दे ते मजदूरां दे खिलाफ उहदा सख्त शब्दां विच उहनां दी निंदिया करती हां और इह मैं जोर दे के कहना चाहुंदी हां कि इह किसान मारू आड़तियां मारू जां प्रोड्यूसिंग स्टेटां दे लोकां नूं नुकसान पहुंचाउण वाले तिन्ने ऑर्डिनेंस फौरी तौर ते वापस लए जाण क्योंकि इह गल भुलणी नहीं चाहीदी याद रखनी चाहीदी है अज दी भारत दी मोदी सरकार नूं कि जदों देश विच अनाज दा काल पै चंदिया सी उदों अमेरिका तों लाल रंग दी कणक लिआउंदे सी साडा भारत देश लै के आउंदा सी लेकिन उस तों बाद पंजाब दे किसान ने और नाल दीआं जिहड़ीआं मैं समझदीआं होर 8-7 स्टेटां साडीआं नॉर्थ जोन दीआं जिहदे विच हरियाणा आ जांदा है राजस्थान आ जांदा है नाल यूपी आ जांदा है कुछ एरिया उत्तराखंड दा आ जांदा है और मध्य प्रदेश दा आ जांदा है कुछ होर भी ने 2-4 स्टेटां ਇਹ ਸਾਰੀਆਂ ਸਟੇਟਾਂ ਦੇ ਜਿਹਦੇ ਵਿੱਚ ਖਾਸ ਤੌਰ ਤੇ ਵੱਡੀ ਗਿਣਤੀ ਵਿੱਚ ਅਗਵਾਈ ਤੇ ਕੰਟਰੀਬਿਊਸ਼ਨ ਕੀਤੀ ਪੰਜਾਬ ਨੇ ਇਹ ਸਾਰੇ ਕਿਸਾਨਾਂ ਨੇ ਆਪਣੀ ਦਿਨ ਰਾਤ ਦੀ ਮਿਹਨਤ ਇੱਕ ਕਰਕੇ ਸਾਨੂੰ ਆਪਣੇ ਅਨਾਜ ਦੇ ਵਿੱਚ ਸਰਪਲਸ ਬਣਾਇਆ। ਅੱਜ ਸਾਨੂੰ ਕੋਈ ਕਿਸੇ ਮੁਲਕ ਤੋਂ ਜਾਂ ਅਮਰੀਕਾ ਤੋਂ ਕਿਤੋਂ ਅਨਾਜ ਬਣਾਉਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਅੱਜ ਉਹ ਪੰਜਾਬ ਦੇ ਕਿਸਾਨ ਦੇ ਗਲ ਚ ਗੁੱਠਾ ਦੇਣ ਲੱਗੇ ਹੋਏ ਹੈ। ਇਹ ਤਿੰਨ ਜਿਹੜੇ ਮਾੜੇ ਲੋਕ ਮਾਰੂ ਮੈਂ ਸਮਝਦੀ ਹਾਂ ਇਹ ਆਰਡੀਨੈਂਸ ਲੈ ਕੇ ਆਏ ਨੇ ਇਹਨਾਂ ਨੂੰ ਫੌਰੀ ਤੌਰ ਤੇ ਵਾਪਸ ਕਰਨ। ਦੂਜੇ ਪਾਸੇ ਆਪਣੇ ਸਾਰੀਆਂ ਪ੍ਰੋਡਿਊਸਿੰਗ ਸਟੇਟਾਂ ਦੇ ਐਮ ਪੀਜ਼ ਤੋਂ ਦਸਤਖਤ ਮੁਹਿੰਮ ਕਰਾ ਕੇ ਸਾਈਨ ਵੀ ਕਰਾਉਣ ਔਰ ਪਾਰਲੀਮੈਂਟ ਵਿੱਚ ਪੋਜ਼ ਵੀ ਕਰਨ ਸਪੀਕਰ ਨੂੰ ਵੀ ਲਿਖ ਕੇ ਦੇਣ ਤੇ ਪ੍ਰਾਈਮ ਮਿਨਿਸਟਰ ਨੂੰ ਲਿਖ ਕੇ ਦੇਣ ਤਾਂ ਕਿ ਇਹਨਾਂ ਨੂੰ ਫੌਰੀ ਤੌਰ ਤੇ ਵਾਪਸ ਕੀਤਾ ਜਾਵੇ। ਇਹ ਸਾਰੀਆਂ ਸਟੇਟਾਂ ਦੇ ਜੇ ਸਾਡੇ ਐਮ ਪੀ ਇਕੱਠੇ ਹੋ ਕੇ ਲੱਗ ਜਾਂਦੇ ਆ ਤਾਂ ਬਿਲਕੁਲ ਹਰ ਹਾਲਤ ਵਿੱਚ ਜਿਹੜੀ ਮੋਦੀ ਸਰਕਾਰ ਅੱਜ ਇਸ ਘਮੰਡ ਵਿੱਚ ਹੈ ਕਿ ਅਸੀਂ ਮੈਜੋਰਿਟੀ ਜਾਂ ਪਾਸ ਕਰ ਲਾਂਗੇ ਉਹਨਾਂ ਦਾ ਘਮੰਡ ਵੀ ਟੁੱਟ ਸਕਦਾ ਹੈ ਔਰ ਸਾਡੇ ਕਿਸਾਨਾਂ ਆੜ੍ਹਤੀਆਂ ਤੇ ਵਿਚਾਰੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਵੀ ਹੋ ਸਕਦੀ ਹੈ। ਇਸ ਲਈ ਮੈਂ ਇਹ ਆਪਣੇ ਵੱਲੋਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਵਕਤ ਹੈ ਹਮੇਸ਼ਾ ਪੰਜਾਬ ਦੇ ਖਰਾਬ ਕਰਦੇ ਰਹੇ ਫੈਸਲੇ ਮੋਦੀ ਜੀ। ਪਹਿਲਾਂ ਸਾਡੇ ਪੰਜਾਬ ਨੂੰ ਬਾਹਰ ਰੱਖਿਆ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਡੀਆਂ ਬਾਕੀ ਜਿਹੜੀਆਂ ਹਿਲ ਸਟੇਸ਼ਨ ਦੀਆਂ ਹੈਗੀਆਂ ਸਹੂਲਤਾਂ ਦਿੱਤੀਆਂ ਵੀ ਆ ਇੰਡਸਟਰੀ ਵਾਸਤੇ ਕਿਉਂਕਿ ਪੰਜਾਬ ਵੀ ਬਾਰਡਰ ਸਟੇਟ ਹੈ ਉਹਦੇ ਵਿੱਚ ਪਾਇਆ ਜਾਣਾ ਚਾਹੀਦਾ ਸੀ। ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਨੇ ਜੇ ਗੁਜਰਾਤ ਚ ਜ਼ਮੀਨ ਖਰੀਦ ਲਈ ਉਹਨਾਂ ਨੂੰ ਵੀ ਇਹਨਾਂ ਨੇ ਕੋਰਟਾਂ ਦੇ ਹੱਕ ਚ ਕਿਸਾਨਾਂ ਦੇ ਫੈਸਲਾ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਚ ਜਾ ਕੇ ਉਹਨਾਂ ਕਿਸਾਨਾਂ ਨੂੰ ਉੱਥੋਂ ਜ਼ਿਆਦਾ ਕੀਤਾ ਹੈ ਗੁਜਰਾਤ ਦੇ ਵਿੱਚੋਂ। ਸੋ ਇਹ ਪੂਰੀ ਤਰ੍ਹਾਂ ਨਾਲ ਦੇਸ਼ ਨੂੰ ਵੇਚਣ ਲਈ ਲੱਗੇ ਹੋਏ ਹੈ ਦੇਸ਼ ਨੂੰ ਆਪਣੇ ਅਮੀਰਾਂ ਦੇ ਹੱਥਾਂ ਵੀ ਦੇਣ ਲੱਗੇ ਹੋਏ ਹੈ। ਇਸ ਗੱਲਾਂ ਤੋਂ ਪਾਸੇ ਹਟਦੇ ਹੋਏ ਅੱਜ ਇਹ ਜਿਹੜੇ ਆਰਡੀਨੈਂਸ ਨੇ ਇਹਨਾਂ ਸਖਤੀ ਨਾਲ ਵਿਰੋਧ ਤਾਂ ਕਰਦੇ ਹੋਏ ਔਰ ਇਹਨਾਂ ਨੂੰ ਵਾਪਸ ਲੈਣ ਵਾਸਤੇ ਜ਼ੋਰ ਪਾ ਕੇ ਆਪਣੇ ਐਮ ਪੀਜ਼ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਅੱਗੇ ਆ ਕੇ ਪਾਰਲੀਮੈਂਟ ਵਿੱਚ ਪੂਰੀ ਤਰ੍ਹਾਂ ਪਹਿਰਾ ਦੇਣ ਸਾਰੇ ਐਮ ਪੀਜ਼ ਇਕੱਠੇ ਹੋ ਕੇ ਨਾਲ ਲੈ ਕੇ ਇਹਦਾ ਵਿਰੋਧ ਕਰਨ। ਸੂਬੇ ਭਰ 'ਚ ਇਹਨਾਂ ਤਿੰਨਾਂ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਲਏ ਜਾਣ ਦੀ ਗੱਲ ਆਖੀ ਜਾ ਰਹੀ ਹੈ। ਹੁਣ ਵੱਡੇ ਸਿਆਸਤਦਾਨਾਂ ਅਤੇ ਕਿਸਾਨਾਂ ਦੇ ਵਿਰੋਧ ਦਾ ਕੇਂਦਰ ਸਰਕਾਰ 'ਤੇ ਕੋਈ ਅਸਰ ਹੁੰਦਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ ਸਕਾਈ ਨਿਊਜ਼ ਪੰਜਾਬ।